सच बोल लोड़ तू ज़्यादा सच बोल दे अच्छे थोड़े भरा ने इनू संभालो अन्नी दे। अच्छा जी मुद्दा बहुत चल रहा अजकल सिद्धू दे हमेशा कल का एदा अंत की है पाना साहब मैं तुहाडे कोल जानना चाहना एदा अंत की है अपने लंकेश साहब तेरे ना लंकेश ना ने क्या तेरा रिपोर्टर दा ना लंकेश ना आहो लंकेश ही लंकेश ही। अच्छा लंकेश साहब तुसी भाने भगोड़े कोल ना एदा अंत पुछो तुसी पुछो एदा अंत जिन्ने तिली लाई है मुझे क्रेडिट नहीं चाहिए तिली तुहाडे साथी चैनल डेली पोस्ट ने लाई सी ਉਹ ਇਹਦਾ ਹਮ ਸ਼ਕਲ ਲੱਭ ਕੇ ਲਿਆਏ ਸੀ ਸਿੱਧੂ ਮੂਸੇ ਵਾਲੇ ਦਾ ਪਹਿਲੀ ਵਾਰ। ਮੈਂ ਇੱਕ ਦਰਸ਼ਕਾਂ ਨੂੰ ਚੀਜ਼ ਦਿਖਾ ਦਿੰਦਾ ਇੱਕ ਤਾਂ ਕਹਿੰਦੇ ਆ ਕਿ ਸ਼ਕਲ ਮਿਲਦੀ ਹੈ ਕਿਸੇ ਬੰਦੇ ਦੀ ਪਰ ਭਾਈ ਸਾਹਿਬ ਦੀ ਤਾਂ ਕੱਦ ਕਾਠੀ ਵੀ ਜਿਵੇਂ ਇਵੇਂ ਮਿਲਦੀ ਆ ਫੀਚਰਸ ਨੇ ਫੀਚਰ ਤਾਂ ਸਾਲਾ ਇਦਾਂ ਦੱਸ ਰਿਹਾ ਜਿੱਦਾਂ ਜਿੱਦਾਂ ਆਈਫੋਨ ਆਈਫੋਨ 14 ਇਹ ਲੰਕੇ ਸਭ ਪਹਿਲੀ ਵਾਰ ਲੱਭ ਕੇ ਲਿਆਏ ਸੀ ਸਿੱਧੂ ਮੂਸੇ ਵਾਲੇ ਦੇ ਹਮ ਸ਼ਕਲ ਨੂੰ ਇਹਨੂੰ ਇਹਨੂੰ ਡਾਂਗ ਚਾੜੋ ਭੈਣ ਚੋਦ ਨੂੰ ਸਾਲੇ ਹਰਾਮ ਜਦੇ ਮੈਂ ਤਾਂ ਹੀ ਗਾਲਾਂ ਕੱਢਣ ਡਿਆ ਇਹਨਾਂ ਨੂੰ ਭੈਣ ਚੋਦਾਂ ਨੂੰ ਇਹੀ ਤਿੱਲੀ ਲਾਉਂਦੇ ਨੇ ਹੁਣ ਸਾਰੇ ਪੁੱਛ ਰਹੇ ਨੇ ਵੀ ਇਹਦਾ ਇਹਦਾ ਇਹਨੂੰ ਇਹਨੂੰ ਥੰਮ ਕਿੱਦਾਂ ਲਾਈ ਜਾਵੇ ਤਿੱਲੀ ਕਿਹਨੇ ਲਾਈ ਹੈ मुझे क्रेडिट नहीं चाहिए ਉਹਨਾਂ ਨੂੰ ਫੜੋ ਜਿਨ੍ਹਾਂ ਨੇ ਤਿੱਲੀ ਲਾਈ ਹੈ ਗਲਤ ਬੰਦਿਆਂ ਦੀ ਤੁਸੀਂ ਡਿਬੇਟ ਕਰਾ ਰਹੇ ਹੋ ਆ ਰਿਪੋਰਟਰ ਨੂੰ ਫੜ ਕੇ ਲਿਆਓ ਪਹਿਲੇ ਨੰਬਰ ਤੇ ਸਾਨੂੰ ਵੀ ਮੂਸੇ ਵਾਲਾ ਸਾਹਿਬ ਦੇ ਉੱਤੇ ਇਹੋ ਜੀ ਡਿਬੇਟ ਕਰਕੇ ਕੋਈ ਸਾਨੂੰ ਖੁਸ਼ੀ ਨਹੀਂ ਮਿਲਦੀ ਹੈ ਖੁਸ਼ੀ ਤੁਹਾਡੇ ਕੱਛਾਂ ਚੋਂ ਆਸਾ ਨਿਕਲਦਾ ਤੁਹਾਡੇ ਕੱਛਾਂ ਚੋਂ ਵੀ ਕੋਈ ਮੁੱਦਾ ਲੱਭਿਆ ਸੀ ਮੁੱਦਾ ਬਰਗਾੜੀ ਮੋਰਚਾ ਜੀਰੇ ਕਿੰਨੇ ਦਿਨਾਂ ਦਾ ਉਹ ਬੰਦਿਆਂ ਨੇ ਧਰਨਾ ਲਾਇਆ ਲੱਖੇ ਸਿਧਾਣੇ ਹੋਰਾਂ ਨੇ ਹੋਰ ਪਿੰਡ ਦੀ ਪੰਚਾਇਤਾਂ ਨੇ ਧਰਨਾ ਲਾਇਆ ਵੀ ਤੂੰ ਫੈਕਟਰੀ 'ਚ ਕਾਈ ਜਾਵੇ ਉਹ ਖਬਰ ਨਹੀਂ ਦੱਸਣੀ ਸਿੱਧੂ ਮੂਸੇ ਵਾਲੇ ਦਾ ਕੋਈ ਹੈਸ਼ਟੈਗ ਸਿੱਧਾ ਜਨਤਾ ਨੂੰ ਦੱਸੋ ਵੀ CM ਨੂੰ ਮਾਨਸਾ ਪੁਲਿਸ ਨੂੰ ਜੁਡੀਸ਼ਰੀ ਨੂੰ ਟੈਗ ਕਰੋ ਟਵਿੱਟਰ 'ਤੇ ਜਾ ਕੇ ਉਹ ਨਹੀਂ ਦੱਸਣਾ ਗਲਤ ਪਾਸੇ ਇਹ ਨੈਸ਼ਨਲ ਮੁੱਦਾ ਹੈ ਇਹ ਨੈਸ਼ਨਲ ਮੁੱਦਾ ਵੀ ਸਿੱਧੂ ਦਾ ਹਮੇਸ਼ਾ ਕੱਲ੍ਹ ਜਾਂ ਬਿੱਲਾ ਸਿੱਧੂ ਵੀ ਵਿਊ ਲਿਆ ਰਹੇ ਨੇ ਤੇ ਬਾਕੀ ਲਿਆ ਰਹੇ ਨੇ ਇਹ ਵਿਊ ਲੈ ਰਹੇ ਨੇ ਇਹਨਾਂ ਵਾਲੇ ਵੇ ਮੈਂ ਪਾਸੇ ਆਣਾ ਵਾਂ ਇੱਕ ਇਹੋ ਜਿਹਾ ਮੁੱਦਾ ਹੈਗਾ ਜਿੱਤੇ ਤੇ ਸਾਨੂੰ ਵੀ ਸ਼ਰਮ ਆਉਂਦੀ ਹੈ ਨਹੀਂ ਲੰਕੇਸ਼ ਸਾਹਿਬ ਤੁਹਾਨੂੰ ਬਿਲਕੁਲ ਨਹੀਂ ਸ਼ਰਮ ਆਉਂਦੀ ਜੇ ਤੁਹਾਨੂੰ ਸ਼ਰਮ ਆਉਂਦੀ ਹੋਵੇ ਨਾ ਤੇ ਤੁਸੀਂ ਤਿੰਨ ਡਿਬੇਟਾਂ ਨਾ ਸਿੱਧੂ ਮੂਸੇ ਵਾਲੇ ਦੇ ਉੱਤੇ ਕਰੋ ਬਿਨਾਂ ਤੁਕ ਤੋਂ ਕੱਲਾ ਤੁਹਾਡਾ ਚੈਨਲ ਨਹੀਂ ਦੈਨਿਕ ਸਵੇਰਾ ਡੇਲੀ ਪੋਸਟ ਹੋਰ ਪਤਾ ਨਹੀਂ ਕਿੰਨੇ ਲੱਲੇ ਭੱਬੇ ਨੇ ਜਿਨੇ ਬਿਨਾਂ ਮਤਲਬ ਤੂੰ ਵੀ ਇੱਕ ਮੁੱਦਾ ਹੈ ਯਾਰ ਇੱਕ ਮੁੱਦਾ ਵੇ ਕਿ ਦੋ ਪੱਖ ਆਪਸ ਦੇ ਵਿੱਚ ਲੜਦੇ ਪਏ ਐਦਾਂ ਨਹੀਂ ਹੋਣਾ ਚਾਹੀਦਾ ਔਰ ਲੋਕ ਵੀ ਇਸ ਚੀਜ਼ ਨੂੰ ਗਲਤ ਸਮਝਦੇ ਆ ਇਹਦਾ ਅੰਤ ਕੀ ਹੋਏਗਾ ਕਿੱਥੇ ਜਾ ਕੇ ਚੀਜ਼ਾਂ ਖਤਮ ਹੋਣਗੀਆਂ ਇਸ ਕੰਟਰੋਵਰਸੀ ਨੂੰ ਲਗਾਮ ਕਿੱਥੋਂ ਲੱਗੇਗੀ ਵੈਰੀ ਸਿੰਪਲ ਲੰਕੇਸ਼ ਸਾਹਿਬ ਅੱਜ ਤੁਸੀਂ ਇੰਟਰਵਿਊ ਲੈਣੀ ਹੈ ਬਸ ਕਰ ਦੋ ਲਗਾਮ ਲੱਗ ਜੇਗੀ ਇਹ ਕਿਹੜੀ ਗੱਲ ਹੈ ਕੋਈ ਸੱਤੇ ਦਾ ਪੜਾ ਜਿਹੜਾ ਨਹੀਂ ਆਣਾ ਵੀ ਖੋਤੀ ਦਿਆ ਇਹ ਧੂਲ ਤੁਸੀਂ ਦੇ ਲਾ ਰਹੇ ਹੋ ਹੋਰ ਕੋਈ ਨਹੀਂ ਬਹਿਰ ਨੂੰ ਲਗਾਮ ਕਿੱਦਾਂ ਲੱਗੇਗੀ ਬੜਾ ਨਾ ਉੱਥੇ ਚੜਾ ਕੇ ਨਾ ਆਪਣੇ ਕਾਲਰ 'ਚ ਤਾਂ ਬੜਾ ਬੜਿਆ ਰਿਪੋਰਟਰ ਆਪਣੇ ਆਪ 'ਚ ਰਵੀਸ਼ ਕੁਮਾਰ ਇਹਨਾਂ ਨੂੰ ਲਗਾਮ ਕਿੱਦਾਂ ਲੱਗੇਗੀ ਸਰ ਉਹ ਕ੍ਰੇਡ ਤੁਸੀਂ ਕਰਦੇ ਹੋ ਕੌਂਟਰਵਰਸੀਆਂ ਅਤੇ ਮੁੜ ਕੇ ਲੋਕਾਂ ਕੋਲ ਪੁੱਛਦੇ ਪਏ ਵੀ ਇਹਨੂੰ ਲਗਾਮ ਕਿੱਦਾਂ ਲੱਗੇਗੀ ਲਗਾਮ ਲਾਉਣੀ ਆ ਤਾਂ ਆਪਣੇ ਜਿਹੜੇ ਤੁਹਾਡੇ ਨਾਲ ਦੇ ਚੈਨਲ ਨੇ ਉਹਨਾਂ ਨੂੰ ਕਹੋ ਵੀ ਇੰਨਾ ਫਾਲਤੂ ਬੰਦਿਆਂ ਦੀ ਇੰਟਰਵਿਊ ਲੈਣੀ ਆ ਬੰਦ ਕਰੋ ਦੈਟਸ ਇਟ ਸਿੰਪਲ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਨਾ ਕਰੋ ਇਰਫਾਨ ਖਾਨ ਸਾਹਿਬ ਅੱਛਾ ਜੀ ਹੁਣ ਆਨੇ ਅਸੀਂ ਇਹਦੇ ਵਾਲੇ ਬਿੱਲੇ ਘੁੰਮਣ ਵਾਲੇ ਬਿੱਲਾ ਘੁੰਮਣ ਵੀ ਲਿਆ ਰਿਹਾ ਵਿਊ ਸਾਫ ਲਿਆ ਰਿਹਾ ਵਿਊ ਬਾਈ ਜੀ ਆ ਵੀਡੀਓ ਪਾਉਣ ਦਾ ਮੇਰਾ ਮਕਸਦ ਇੱਕ ਮੇਰੇ ਭਰਾ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜਿਹੜੀ ਤੁਸੀਂ ਹੁਣ ਵੀਡੀਓ ਦੇਖੀ ਇਹਦੇ ਥੱਲੇ ਟਾਈਟਲ ਕੀ ਸੀ ਸਿੱਧੂ ਬਾਈ ਦਾ ਫਾਇਦਾ ਨਾ ਚੱਕੋ ਤੇ ਬਿੱਲਾ ਸਾਹਿਬ ਤੁਸੀਂ ਤੇ ਆਪ ਫਾਇਦਾ ਚੱਕ ਰਹੇ ਹੋ ਤੇਰੇ ਚੈਨਲ ਤੇ ਜਿਹੜੀ ਤੂੰ ਵੀਡੀਓ ਪਾਉਣਾ ਉਹਦੇ 'ਚ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦਾ ਹੈਸ਼ਟੈਗ ਤੂੰ ਚਲਾਉਣਾ ਠੀਕ ਹੈ ਟਾਈਟਲ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਨਾਂ ਹੁੰਦਾ ਜਿਹੜੀ ਤੂੰ ਵੀਡੀਓ ਪਾਉਣਾ ਇਹਦੀ ਐਗਜ਼ਾਮਪਲ ਲੈ ਲਈਏ ਸਿੱਧੂ ਬਾਈ ਦਾ ਫਾਇਦਾ ਨਾ ਚੱਕੋ ਇਹਦੇ ਵਿੱਚ ਤੂੰ ਐਡਾਂ ਲਾਈਆਂ 3600 ਤੇਰੀਆਂ ਐਡਾਂ ਨੇ ਆਹ ਲੈ ਉਹ ਤੂੰ ਕਿਉਂ ਯਾਰ ਤੂੰ ਤੁਸੀਂ ਜਨਤਾ ਨੂੰ ਕਿਉਂ ਚੂਤੀਆਂ ਬਣਾ ਰਹੇ ਹੋ ਤੂੰ ਵੀ ਰਲ ਕੇ ਤੇ ਨਾਲ ਜਿਹੜੇ ਤੇਰੇ ਆ ਪੀਲੀ ਟੀ-ਸ਼ਰਟ ਵਾਲਾ ਬੈਠਾ ਵੇ ਇੱਕ ਖਾਸ ਗੱਲਬਾਤ ਕਰਨ ਵਾਸਤੇ ਹਾਜ਼ਰ ਹੋਏ ਅੱਜ ਇੱਕ ਮੁੱਦਾ ਕਈ ਦਿਨਾਂ ਤੋਂ ਭਖਿਆ ਹੋਇਆ ਸੋਸ਼ਲ ਮੀਡੀਆ ਦੇ ਉੱਪਰ ਉਹ ਜਾ ਚਵਲਾ ਮੁੱਦਾ ਤੂੰ ਭਖਾਇਆ ਮੁੱਦਾ ਭਖਿਆ ਆਵੇ ਇਹ ਜੱਟ ਬਾਬੇ ਟੈਲੀਵਿਜ਼ਨ ਵਾਲਾ ਬੰਦਾ ਇਹਦੇ ਚੈਨਲ ਤੇ ਚੱਲ ਜਾ ਆ ਵੇਖੋ ਕੋਈ ਟਾਈਟਲ ਤੂੰ ਸਿੱਧੂ ਤੂੰ ਇਹ ਰਿਪੋਰਟਰ ਤੇ ਰਿਪੋਰਟਰ ਦਾ ਕੀ ਕੰਮ ਹੁੰਦਾ ਕਿ ਹਰ ਪੰਜਾਬ ਦੀ ਖਬਰ ਨੂੰ ਕਵਰ ਕਰਨਾ ਸਿੱਧੂ ਮੂਸੇਵਾਲੇ ਦੇ ਵੀ ਕਰੋ ਇਨਸਾਫ ਵਾਸਤੇ ਲੜੋ ਚੰਗੀ ਗੱਲ ਦੇ ਪਰ ਸਿਰਫ ਸਿੱਧੂ ਮੂਸੇਵਾਲੇ ਦੇ ਪਿੱਛੇ ਲਾਣੀ ਖਬਰ ਆਪਣੇ ਚੈਨਲ 'ਤੇ ਵੇ ਲਓ ਇਹ ਜੱਟ ਬਾਬਾ ਜਿਹੜਾ ਪੀਲੀ ਟੀ ਸ਼ਰਟ ਵਾਲਾ ਨਾ ਆਰਾਮ ਦਾ ਇਹਦਾ ਵੀ ਵੇਖੋ ਸਿੱਧੂ ਮੂਸੇਵਾਲਾ ਲਈ ਕੱਢਿਆ ਰੋਜ਼ ਕੈਂਡਲ ਮਾ ਸਿੱਧੂ ਮੂਸੇਵਾਲਾ 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 ਤੇ ਇਲਜ਼ਾਮ ਉਹਦੇ 'ਤੇ ਲਾ ਰਹੇ ਨੇ ਕਿ ਉਹ ਕਮਾਈ ਕਰ ਰਹੇ ਹੈ ਕਮਾਈ ਹੈ ਸਾਲੇ ਦੋਨੇ ਕਰ ਰਹੇ ਨੇ ਭੈਣ ਚੋ ਤਾਂ ਤੁਸੀਂ ਜਨਤਾ ਨੂੰ ਫੁੱਦੂ ਬਣਾਉਂਦੇ ਆ ਵੀ ਉਹ ਵਿਊ ਤੇ ਉਹ ਵੀ ਕੋਈ ਘੱਟ ਨਹੀਂ ਉਹ ਐਡਾ ਝੂਠਾ ਵੇ ਉਹ ਜਿਹੜਾ ਵੇ ਸਿੱਧੂ ਮੂਸੇਵਾਲੇ ਹਮ ਸ਼ਕਲ ਉਹਦੀ ਇੰਟਰਵਿਊ ਲਈ ਰੋਜ਼ਾਨਾ ਸਪੋਕਸਮੈਨ ਨੇ ਆਹੀ ਲੰਕੇਸ਼ ਨੇ ਮੇਰੇ ਸਾਹਮਣੇ ਮਨਸਿਮਰਤ ਜੀ ਬੈਠੇ ਹੋਏ ਨੇ ਮੈਂ ਚਾਹੁੰਦਾ ਕਿ ਉਹ ਤੁਹਾਡੇ ਕੋਲੋਂ ਕੋਈ ਸਵਾਲ ਪੁੱਛਣਾ ਚਾਹਣਗੇ ਤੁਸੀਂ ਪੁੱਛਣਾ ਚਾਹੋਗੇ ਕੁਝ ਜੀ ਸਤਿ ਸ਼੍ਰੀ ਅਕਾਲ ਮਜਿੰਦਰ ਬਾਈ
ਪਰਮਿੰਦਰ ਝੋਟਾ ਜਾਣਦਾ ਉਹਨੂੰ ਕਹਿ ਰਿਹਾ ਸਰ ਤੁਹਾਡਾ ਬਹੁਤ ਨਾਂ ਪੰਜਾਬ ਦਾ ਤੁਸੀਂ ਬਹੁਤ ਵੱਡਾ ਚਿਹਰਾ ਹੋ ਸਭ ਪੰਪ ਦੇ ਰਹੇ ਤੇ ਅਗਲੇ ਦਿਨ ਦੁਬਾਰਾ ਫਿਰ ਇਹੀ ਰਿਪੋਰਟਰ ਨੇ ਇਹਨੂੰ ਫੋਨ ਲਾ ਲਿਆ ਮਨਜਿੰਦਰ ਝੋਟੇ ਨੂੰ ਸਤਿ ਸ਼੍ਰੀ ਅਕਾਲ ਲੰਕੇਸ਼ ਗੱਲ ਕਰ ਰਿਹਾ ਰੋਜ਼ਾਨਾ ਸਪੋਕਸਮੈਨ ਤੋਂ ਹਾਂਜੀ ਹਾਂਜੀ ਸਰ ਭਾਈ ਸਾਹਿਬ ਤੁਹਾਨੂੰ ਲੈ ਕੇ ਸਵਾਲ ਚੁੱਕਦੇ ਪਏ ਤੁਹਾਡੇ ਕਰੀਬੀ ਦੋਸਤ ਤਜਿੰਦਰ ਸਿੰਘ ਹੋਰਾਂ ਨੇ ਹੁਣੇ ਸਵਾਲ ਚੁੱਕ ਕੇ ਤੁਹਾਨੂੰ ਲੈ ਕੇ ਤੁਸੀਂ ਨਾ ਉਦੋਂ ਜਿੱਦਾਂ ਉਹ ਕੌਣ ਸੀ ਬੰਦਾ ਜਿਹਨੇ ਗੱਲ ਕਰਵਾਈ ਸੀ ਮੇਰੀ ਤੇਰੀ ਉਹ ਭੈਣ ਨੂੰ ਲੱਗੀ ਸਮਝ ਗੱਲ ਦੀ ਹੁਣ ਇੱਕ ਦਿਨ ਪਹਿਲਾਂ ਮਨਜਿੰਦਰ ਝੋਟਾ ਕਹਿ ਰਿਹਾ ਇਸ ਯੂਥ ਕਾਂਗਰਸ ਦੇ ਪ੍ਰਧਾਨ ਨੂੰ ਵੀ ਸਰ ਤੁਹਾਡਾ ਬਹੁਤ ਵੱਡਾ ਨਾਮ ਪੰਜਾਬ ਦਾ ਤੁਸੀਂ ਬਹੁਤ ਵੱਡਾ ਚਿਹਰਾ ਵੋ ਤੇ ਅਗਲੇ ਦਿਨ ਹੀ ਉਹਨੂੰ ਕਹਿ ਰਿਹਾ ਵੇ ਕਿ ਇਹ ਤੂੰ ਮੇਰੀ ਕਿਹਦੇ ਨਾਲ ਗੱਲ ਕਰਾ ਦਿੱਤੀ ਇਸ ਤੋਂ ਪਤਾ ਲੱਗਦਾ ਵੀ ਆ ਵੀ ਝੂਠਾ ਹੈ ਮਨਜਿੰਦਰ ਝੋਟਾ ਵੀ ਝੂਠਾ ਇੱਕ ਨੰਬਰ ਦਾ ਤੇ ਜੱਟ ਬਾਬੇ ਟੈਲੀਵਿਜ਼ਨ ਨਾਲ ਵੀ ਫੇਮ ਲਿਆ ਰਿਹਾ ਸਿੱਧੂ ਦੇ ਨਾਂ ਤੋਂ ਪੈਸੇ ਚੰਗੇ ਮੋਟੀ ਕਮਾਈ ਕਰ ਰਿਹਾ ਹਰ ਵੀਡੀਓ 'ਚ ਐਡਾ ਲਾਉਂਦਾ ਤੇ ਬਿੱਲਾ ਘੁੰਮਣ ਵੀ ਉਹਦੀ ਮੌਤ ਤੋਂ ਚੰਗੀ ਹੈ ਐਡਾ ਇਹ ਵੀ ਲਾਉਂਦਾ ਆਪਣੇ ਚੈਨਲ 'ਤੇ ਜਿਹੜੀ ਵੀਡੀਓ ਲੈ ਕੇ ਉਹ 'ਚ ਐਡਾ ਲਾਏਗਾ ਹੈਸ਼ਟੈਗ ਪਾਏਗਾ ਸਿੱਧੂ ਮੂਸੇਵਾਲਾ ਸਿੰਗਰ ਜੇ ਉਹ ਸਮਝ ਗੱਲ ਕਿਉਂਕਿ ਲੋਕ ਸਰਚ ਕਰਦੇ ਨੇ ਯੂਟਿਊਬ 'ਤੇ ਸਿੰਗਰ ਸਿੱਧੂ ਮੂਸੇਵਾਲਾ ਤੋਂ ਉਹ ਹੈਸ਼ਟੈਗ ਪਾਉਂਦਾ ਸਿੰਗਰ ਸਿੱਧੂ ਮੂਸੇਵਾਲਾ ਸਾਰੇ ਫੇਮ ਲੈ ਰਹੇ ਨੇ ਅਤੇ ਜੇ ਵਾਕਿਆ ਕਿਸੇ ਨੂੰ ਦਰਦ ਹੈ ਉਹ ਨੇ ਉਹਦੇ ਮਾਂ ਬਾਪ ਅਤੇ ਜੇ ਹੋਰ ਕੋਈ ਬੰਦਾ ਉਹਦੇ ਇਨਸਾਫ ਲੈਣਾ ਚਾਹੁੰਦਾ ਉਹਦੇ ਵਾਸਤੇ ਤਾਂ ਟਵਿੱਟਰ 'ਤੇ ਆਓ ਕਿਸੇ ਨੂੰ ਕੋਈ ਕਮੈਂਟ ਕਰਨ ਨਾਲ ਇਨਸਾਫ ਨਹੀਂ ਮਿਲਣਾ ਕਿਸੇ ਨੂੰ ਕੋਈ ਗਾਲਾਂ ਕੱਢਣ ਨਾਲ ਇਨਸਾਫ ਨਹੀਂ ਮਿਲਣਾ ਟਵਿੱਟਰ ਉੱਤੇ ਅਕਾਊਂਟ ਬਣਾਓ ਅਤੇ ਭਗਵੰਤ ਮਾਨ ਪੰਜਾਬ ਪੁਲਿਸ ਮਾਨਸਾ ਪੁਲਿਸ ਨੂੰ ਟੈਗ ਕਰੋ ਇਸੇ ਤਰ੍ਹਾਂ ਹੀ ਇਨਸਾਫ ਮਿਲ ਸਕਦਾ ਇਸੇ ਤਰ੍ਹਾਂ ਹੀ ਜਿਹੜੀ ਕਾਰਵਾਈ ਚੱਲ ਰਹੀ ਉਹਦੇ ਵਿੱਚ ਤੇਜ਼ੀ ਆ ਸਕਦੀ ਹੈ The next day ਕੋਈ ਸਮਝ ਨਹੀਂ ਆ ਰਹੀ 24 ਘੰਟੇ ਬੀਤ ਗਏ ਨੇ ਕੋਈ ਗੱਲ ਹੀ ਨਹੀਂ ਆ ਰਹੀ ਯਾਰ ਕਿਹਦੇ ਉੱਤੇ ਗੱਲ ਕਰੀਏ ਇੰਨਾ ਨਹੀਂ ਸੋਚੀਦਾ ਹੁੰਦਾ ਇੰਨੀ ਕਿ ਜ਼ਿੰਦਗੀ ਮਿਲੀ ਹੈ ਜੋ ਕਹਿਣਾ ਕਹਿ ਲੈਣਾ ਚਾਹੀਦਾ ਜੋ ਕਰਨਾ ਕਰ ਲੈਣਾ ਚਾਹੀਦਾ ਅੱਛਾ ਜੀ ਹੁਣ ਫਿਰ ਮੈਨੂੰ ਨਾ ਕਮੈਂਟ ਕਰਕੇ ਕਹੀ ਜਾਂ ਮੈਸੇਜ ਕਰਕੇ ਕਹੀ ਵੀ ਆਹ ਵੀਡੀਓ ਡਿਲੀਟ ਕਰੋ ਮੈਨੂੰ ਕੋਈ ਰੋਸਟ ਕੀਤਾ ਹੁਣ ਤੂੰ ਆਪੇ ਇਹ ਵੀ ਜੋ ਦਿਲ 'ਚ ਹੋਵੇ ਕਹਿ ਲੈਣਾ ਚਾਹੀਦਾ ਚਾਰ ਦਿਨ ਦੀ ਜ਼ਿੰਦਗੀ ਚਲੋ ਠੀਕ ਹੈ ਪਹਿਲਾਂ ਮੈਂ ਤੁਹਾਨੂੰ ਦੱਸਾਂ ਵੀ ਵੇਖੋ ਇਹ ਕੁੜੀ ਹੈ ਕਿੰਨੀ ਚੰਗੀ ਹੈ ਇਮੇਜਿਨ ਗੁਰੂ ਘਰੇ ਜਾਣਾ 6-7 ਵਜੇ ਸਾਜਰੇ ਐਸਪੈਸ਼ਲੀ ਜਦੋਂ ਬੇਰੀਲੀ ਇਨੀ ਸੰਗਤ ਹੋਵੇ ਕਿੰਨੀ ਅੱਛੀ ਬੱਚੀ ਹਾਂਜੀ ਕਿੰਨੀਆਂ ਡੂੰਘੀਆਂ ਗੱਲਾਂ ਕਰ ਰਹੀ ਵੀ ਗੁਰਦੁਆਰੇ ਜਾਣਾ ਚਾਹੀਦਾ ਇਹ ਤੁਹਾਨੂੰ ਮੈਂ ਲੁੱਕ ਦਿਖਾਵਾਂ ਵੇਖੋ ਲੁੱਕ ਤੂੰ ਲੱਗ ਰਹੀ ਨਾ ਵੀ ਜਿੱਦਾਂ ਐਨ ਆਰ ਆਈ ਹੈ ਤੇ ਵਾਕਈ ਐਨ ਆਰ ਆਈ ਹੈ ਅਸਲ 'ਚ ਵੀ ਐਨ ਆਰ ਆਈ ਹੈ ਵੇਖੋ ਕਿੰਨੀ ਰਿਚ ਲੁੱਕ ਹੈ ਕਿੰਨੀ ਜੈਂਟਲਮੈਨ ਲੱਗ ਰਹੀ ਹੈ ਹੈ ਪੜ੍ਹੀ ਲਿਖੀ ਹੈ ਅਤੇ ਪਰ ਵੇਖੋ ਤੁਹਾਨੂੰ ਦੱਸਾਂ ਇੱਕ ਨਵਾਂ ਨਾ ਟਿਕਟੋਕ 'ਤੇ ਫੀਚਰ ਆਇਆ ਕਿ ਤੁਸੀਂ ਨਾ ਕਿਸੇ ਨਾਲ ਲਾਈਵ ਹੋਣਾ ਜਿੰਨੇ ਚਿਰ ਤੁਸੀਂ ਲਾਈਵ ਰਹੋਗੇ ਨਾ ਕਿਸੇ ਨਾਲ ਉਨੇ ਤੁਹਾਨੂੰ ਪੈਸੇ ਆਉਣਗੇ ਮੇਰੀ ਗੱਲ ਸਮਝ ਗਏ ਜਿੰਨੇ ਚਿਰ ਲਾਈਵ ਰਹੋਗੇ ਉਨੇ ਤੁਹਾਨੂੰ ਪੈਸੇ ਆਉਣਗੇ ਹੁਣ ਹਕੀਕਤ ਦੇ ਵਿੱਚ ਆਹ ਮੁੰਡਾ ਇਸ ਕੁੜੀ ਨੂੰ ਪ੍ਰਪੋਜ਼ ਕਰੇ ਜਾਂ ਛੇੜੇ ਜਾਂ ਕੁਛ ਵੀ ਕਵੇ ਅਤੇ ਅੱਗੂ ਆ ਕੁੜੀ ਨੇ ਪਤਾ ਕਹਿਣਾ ਤੇਰੇ ਘਰ ਮਾਵਾਂ ਭੈਣਾਂ ਨੇ ਤੈਨੂੰ ਇੱਜ਼ਤ ਨਹੀਂ ਬੋਲਣੀ ਤੇਰਾ ਮੂੰਹ ਉਹਦੇ ਬਾਅਦ ਛਿੱਤਰ ਮਾਰ ਰਹੇ ਇੱਦਾਂ ਕਹਿਣਾ ਹੈਗਾ ਅਤੇ ਪਰ ਹੁਣ ਪੈਸਾ ਕਮਾਉਣ ਵਾਸਤੇ ਟਿਕਟੋਕ 'ਤੇ ਲਾਈਵ ਰਹਿੰਦੀਆਂ ਨੇ ਅਤੇ ਧੱਕੇ ਨਾਲ ਗੱਲ ਤਾਂ ਆਉਂਦੀ ਨਹੀਂ ਹੁਣ ਗੱਲ ਕੀ ਕਰਨ ਹੈ ਇੱਦਾਂ ਦੇ ਮੁੰਡੇ ਨੂੰ ਅਸਲ 'ਚ ਧਕਾ ਪਾਉਂਦੀਆਂ ਨੇ ਹੁਣ ਗੱਲ ਕਰ ਰਹੀ ਦੋਨਾਂ ਵਿੱਚ ਕਨਵਰਸੇਸ਼ਨ ਹੋ ਰਹੀ ਕੇਲੇ 'ਤੇ ਹਾਂਜੀ ਕੇਲੇ 'ਤੇ ਕੇਲੇ ਉੱਤੇ ਬੜੀ ਗੰਭੀਰ ਚਰਚਾ ਹੋ ਰਹੀ ਹੈ ਵੀ ਕੇਲਾ ਛੋਟਾ ਹੋਣਾ ਚਾਹੀਦਾ ਤੁਹਾਡਾ ਕੇਲਾ ਕਿੱਡਾ ਵੇ ਕਿੰਨੇ ਸਾਈਜ਼ ਦਾ ਵੇਖੋ ਤੁਸੀਂ ਬੜੀ ਬੜੀ ਗੰਭੀਰ ਚਰਚਾ ਹੋ ਰਹੀ ਸੁਣੋ ਯੋਰ ਕੇਲਾ ਇਜ਼ ਟੂ ਸੌਫਟ ਮੇਰਾ ਕੇਲਾ ਛੋਟਾ ਹੈ ਛੋਟਾ ਹੈ ਆਪਕੋ ਕੇਲਾ ਆਪਕੋ ਬੜਾ ਪਸੰਦ ਹੈ ਬੜਾ ਹੈ ਅੱਛਾ ਆਪਕੋ ਬੜਾ ਪਸੰਦ ਹੈ ਕੇਲਾ ਗੰਦੀਆਂ ਗੱਲਾਂ ਮੇਰਾ ਕੇਲਾ ਹੈ ਅੱਛਾ ਕਿਤਨਾ ਬੜਾ ਆਪਕੀ ਹਾਈਟ ਸੇ ਨਹੀਂ ਲੱਗਦਾ ਵੇਖ ਲੋ ਆਂਟੀ ਜੀ ਤੁਹਾਡੀ ਕੁੜੀ ਕਿੱਦਾਂ ਦੀ ਗੱਲਾਂ ਕਰਨ ਦੀ ਏ ਆਪਕੀ ਹਾਈਟ ਕਿਤਨੀ ਹੈ ਚੰਗੀਆਂ ਭਲੀਆਂ ਸਾਡੀਆਂ ਪੰਜਾਬਣਾ ਵੇਖ ਲਓ ਪੈਸੇ ਪਿੱਛੇ ਕੀ ਕਰ ਰਹੀਆਂ ਹੈ ਤੇ ਕੱਲਾ ਇਹ ਹਾਲ ਕੁੜੀਆਂ ਦਾ ਨੀ ਮੁੰਡੇ ਵੀ ਨੇ ਮੁੰਡੇ ਕਾਲੇ ਮੂੰਹ ਕਰ ਕਰਕੇ ਬੈਠੇ ਰਹਿੰਦੇ ਨੇ ਵੇਖ ਲਓ ਜਦੋਂ ਮੂੰਹ ਕਾਲਾ ਕਿਹਦਾ ਕੀਤਾ ਜਾਂਦਾ ਸੀ ਪਿੰਡ ਦੇ ਵਿੱਚ ਉਹਦਾ ਕਾਲਾ ਮੂੰਹ ਕੀਤਾ ਜਾਂਦਾ ਸੀ ਜਿਹਨੇ ਕਿਸੇ ਦੀ ਧੀ ਭੈਣ ਛੇੜ ਦੇਣੀ ਜਾਂ ਕਿਸੇ ਨਾਲ ਗਲਤ ਕੰਮ ਕਰ ਦੇਣਾ ਉਹਨੂੰ ਉਹਦਾ ਮੂੰਹ ਕਾਲਾ ਕਰਕੇ ਖੋਤੀ 'ਤੇ ਬਿਠਾਉਣਾ ਅਤੇ ਪੂਰੇ ਪਿੰਡ ਦੇ ਚੱਕਰ ਲਵਾਉਣੇ ਹਾਂਜੀ ਪਰ ਹੁਣ ਪੈਸਿਆਂ ਪਿੱਛੇ ਵੇਖੋ ਧੱਕੇ ਨਾਲ ਆਪਣੇ ਮੂੰਹ ਆਪੇ ਕਾਲੇ ਕਰੀ ਫਿਰਦੇ ਨੇ ਬਿਨਾਂ ਕਿਸੇ ਗੱਲ ਤੋਂ ਵੇਖ ਲਓ ਅਤੇ ਆਹ ਨਾਲ ਜਿਹੜੇ ਮੁੰਡੇ ਨੇ ਪਾਕਿਸਤਾਨੀ ਦਾੜੀ ਵਾਲਾ ਭਾਈ ਨਾਲ ਹੀ ਨੇ ਬੜੇ ਚੰਗੇ ਨੇ ਬੜੇ ਅੱਛੇ ਮੁੱਦਿਆਂ 'ਤੇ ਬੋਲਦੇ ਨੇ ਪਰ ਪਤਾ ਨਹੀਂ ਕਿਉਂ ਚਵਲਾ ਮਾਰ ਰਹੇ ਨੇ ਹਾਂਜੀ ਤਾਂ ਵੇਖੋ ਸੀ ਅੱਗੇ ਹੋਰ ਵੇਖੋ ਕੀ ਹੁੰਦਾ ਕੀ ਵੇ ਜਦੋਂ ਕੋਈ ਮੈਚ ਹਾਰ ਜਾਂਦਾ ਉਹਨੂੰ ਟਾਸਕ ਦਿੱਤਾ ਜਾਂਦਾ ਵੀ ਆਹ ਕਰ ਆ ਕੁੜੀ ਮੈਚ ਹਾਰ ਗਈ ਹੁਣ ਤੇ ਮੁੰਡਾ ਟਾਸਕ ਦੇ ਰਿਹਾ ਵੇਖਿਓ ਭੱਲੇ ਸਾਬੀ ਦੇ ਨਹੀਂ ਨਹੀਂ ਹਾਂ ਲਗਾ ਸਾਰੀ ਯਹਾਂ ਪੇ ਲਗਾ ਸਾਰੀ ਲਗਾ ਯਹਾਂ ਪੇ ਜੈਸੇ ਅਭੀ ਅਭੀ ਚੂਪਾ ਲਗਾ ਕੇ ਆਈ ਹੈ ਤੂੰ ਸਾਰੇ ਲਗਾ 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 ਵੇਖ ਲਓ ਐਦਾਂ ਵੇ
ਤੇ ਫਿਰ ਜਦੋਂ ਮਹੀਨੇ ਬਾਅਦ ਪਿੰਡਾਂ 'ਚ ਪੈਸੇ ਭੇਜਦੇ ਨਾ ਨਾ ਪਤਾ ਫਿਰ ਮਾਵਾਂ ਜਾਂਦੀਆਂ ਅਰਦਾਸ ਕਰਾਉਣ ਪਿੰਡ 'ਚ ਮੰਦਰ ਮਸਜਿਦ 'ਚ ਹੈ ਵੀ ਜਿੱਥੋਂ ਕਮਾਈ ਆਈ ਉਹ ਤਾਂ ਬਰਕਤਾਂ ਹੋਣ ਹੁਣ ਮੈਂ ਕੀ ਕਵਾਂ ਫਿਰ ਕਈ ਧਾਰਮਿਕ ਭਾਵਨਾ ਭੜਕ ਜਾਣੀ ਆ ਵੀ ਅੰਨੀ ਦਿਓ ਇੱਕ ਕੰਮ ਨੇ ਇਸਕੋ ਰੋਜ਼ਗਾਰ ਮਾਨੇਗੇ ਕਿ ਨਹੀਂ ਮਾਨੇਗੇ ਨਹੀਂ ਅਸੀਂ ਨਹੀਂ ਮੰਨਾਂਗੇ ਰੋਜ਼ਗਾਰ ਤੂੰ ਹੀ ਮੰਨ ਰੋਜ਼ਗਾਰ ਭਰਾਵਾ ਤੂੰ ਹੀ ਆਪਣੀਆਂ ਧੀਆਂ ਭੈਣਾਂ ਨੂੰ ਨਚਾ ਇੱਥੇ ਟਿਕਟੋਕ 'ਤੇ ਲਿਜਾ ਕੇ ਇੱਕ ਸਾਲਾਂ ਕੋ ਇੱਕ ਰੋਜ਼ਗਾਰ ਭੈਣ ਜੋ ਮੂੰਹ ਆਪਣੇ ਕਾਲੇ ਕਰਕੇ ਬਹਿ ਜਾਓ ਉਰੇ ਕਹਿੰਦਾ ਕਹਿੰਦਾ ਕੱਪੜੇ ਗੰਦੇ ਹੁੰਦੇ ਨੇ ਇਹ ਫੋਟੋ ਤੇ ਲੱਗੀ ਹੋਈ ਹੈ ਕਿੰਨੇ ਕਿੰਨੇ ਭੋਲੇ ਨੇ ਤੁਸੀਂ ਜੋ ਤੇਜ ਉਹ ਭੋਲੇ ਨੇ ਇਹਨਾਂ ਦੀ ਅੱਜ ਕੁੱਤੇ ਖਾਣੀ ਕਰਦੇ ਇੰਦਰ ਐਂਡ ਕਿਰਤ ਦੀ ਤੋ ਕਰਨਾ ਉਹ ਕੇਜਰੀਵਾਲ ਸਾਹਿਬ ਕਰਦੇ ਆ ਕੀ ਹੋ ਗਿਆ ਸਾਹ ਕੱਢੋ बंद करो लाइकां दी महामारी नूं आपा दी गल तू मैनूं गल याद आई जदों इंदर किरत दे मम्मी डैडी ने आस्ट्रेलिया आना सी ना ते एयरपोर्ट ते ना इंदर व्लॉग बनावे ਕਵੇ ਇਹ ਵਲੋਗ ਮੈਂ ਤਾਂ ਬਣਾ ਰਿਹਾ ਵੀ ਤੁਹਾਨੂੰ ਇਨਫੋਰਮੇਸ਼ਨ ਮਿਲ ਜੇ ਇਹ ਵੀਡੀਓ ਬਣਾਉਣ ਦਾ ਮੇਰਾ ਮੇਨ ਮਕਸਦ ਐਵੇਂ ਆ ਜਿਵੇਂ ਕਿ ਆਪਣੇ ਮੰਮੀ ਡੈਡੀ ਆਉਂਦੇ ਹੁੰਦੇ ਹਨਾ ਮੈਂ ਸਾਰਾ ਕੁਛ ਪ੍ਰੋਪਰਲੀ ਦਿਖਾ ਰਿਹਾ ਵੀ ਕਿੱਥੇ ਕਿੱਥੇ ਕਿਵੇਂ ਕਿਵੇਂ ਕੀ ਹੁੰਦਾ ਕਿਉਂਕਿ ਮੈਨੇ ਬਹੁਤ ਜ਼ਿਆਦਾ ਨੋਟਿਸ ਕੀਤਾ ਕਿ ਜਦੋਂ ਵੀ ਮੰਮੀ ਡੈਡੀ ਆਉਂਦੇ ਆ ਕਿਸੇ ਦੇ ਕਾਫੀ ਬਜ਼ੁਰਗ ਹੁੰਦੇ ਉਹਨਾਂ ਨੂੰ ਬਹੁਤ ਜ਼ਿਆਦਾ ਇਸ਼ੂਜ਼ ਆਉਂਦੇ ਆ ਅੱਛੀ ਗੱਲ ਹੈ ਇਸ਼ੂਜ਼ ਆਉਂਦੇ ਨੇ ਅੱਛੀ ਗੱਲ ਵੀਡੀਓ ਬਣਾਉਣੀ ਚਾਹੀਦੀ ਵੀਡੀਓ ਬਣਾ ਕੇ ਦੱਸ ਰਿਹਾ ਵੀ ਇੱਦਾਂ ਨਾ ਕਰਨ ਕਿਸੇ ਦੇ ਦੂਸਰੇ ਦੇ ਕਿਸੇ ਦੇ ਮਾਂ ਬਾਪ ਅੱਛੀ ਗੱਲ ਹੈ ਬਹੁਤ ਅੱਛੀ ਗੱਲ ਹੈ ਪਰ ਇੰਦਰ ਭਾਜੀ ਇਹ ਵੀ ਇਸ਼ੂਸ ਆਉਂਦੇ ਨੇ ਉਹ ਫੁੱਦੂ ਮੈਣ ਮਾਂ ਬਾਪ ਤੇ ਬਖਸ਼ਦੇ ਸਾਲਿਆ ਤੇਰੇ ਮਾਂ ਬਾਪ ਨੇ ਪਹਿਲਾਂ ਭੈਣ ਚੋਂ ਸਮਤਾ ਦੇ ਚਿੱਤੜ ਘਸਾ ਤੇ ਦਿਖਾ ਦਿਖਾ ਕੇ ਫਿਰ ਕੋਮਲ ਦੀਆਂ ਕੱਛਾਂ ਕਾਲੀਆਂ ਨਹੀਂ ਤੂੰ ਛੱਡੀਆਂ ਫਿਰ ਉਹ ਲਾਲੀ ਦੀ ਇੱਕ ਲੁੱਲੀ ਆ ਗਈ ਵਿੱਚ ਉਹ ਨਹੀਂ ਤੂੰ ਛੱਡੀ ਹੁਣ ਮਾਂ ਬਾਪ ਸਾਲਿਆ ਵਿਚਾਰੇ ਬਜ਼ੁਰਗ ਨੇ ਉਹਨਾਂ ਤੂੰ ਹਰਾਮ ਦਾ ਲਾਇਕ ਲੈ ਰਿਹਾ ਉਹ ਕੰਜਰਾ ਤੈਨੂੰ ਕਿੱਥੇ ਸਾਲੇ ਢੋਈ ਮਿਲੇਗੀ ਕਹਿੰਦੇ ਦੀ ਪੈਂਟ ਦੀ ਫੋਟੋ ਖਿੱਚ ਬੜੀ ਸੋਹਣੀ ਆ ਹੋਰ ਕੀ ਸੋਹਣਾ ਕੇਲਾ ਉਹਦਾ ਬਾਈ ਭੈਣ ਚੁੱਕ ਵੇਖੋ ਲਾਈਕਾਂ ਵਾਸਤੇ ਕੀ ਕੀ ਕੈਸੇ ਕੁਚੋਚਾ ਕੱਢ ਰਹੀ ਆਪਣੀ ਸੱਸ ਨਾਲ ਹੋਰ ਕੀ ਉਹਨੇ ਕਹਿ ਦਿੱਤਾ ਮੈਨੂੰ ਪੈਂਟ ਸੋਹਣੀ ਲੱਗਦੀ ਹੋਰ ਕੀ ਸੋਹਣਾ ਲੱਗਦਾ ਕੀ ਤਾਂ ਇਹਨੂੰ ਦੱਸੇ ਡੈਡੀ ਇਹ ਵੀ ਲਾ ਦਿਓ ਆਹ ਇਕੱਲੀ ਪਾ ਲਓ ਇਕੱਲੀ ਨਹੀਂ ਇਹ ਤਾਂ ਛੱਡ ਲੱਗੂਗੀ ਇਹਦੇ ਉੱਤੇ ਦੀ ਪਾ ਲੈਣ ਦੋ ਹੋ ਗਿਆ ਬੈਡ ਰੈਡੀ ਤੂੜੀ ਵਾਲਾ ਹੱਸੋ ਸਾਰੇ ਜਣੇ ਮਜ਼ਾਕ ਨਾ ਹੋਏ ਦਾ ਬੁੱਢੇ ਦਾ ਥੋੜੀ ਮਜ਼ਾ ਤਾਂ ਰੱਖੀਏ ਅਸੀਂ ਕੀ ਕਰੀਏ ਆਪਣੇ ਮਾਂ ਬਾਪ ਦਾ ਮਜ਼ਾਕ ਬਣਵਾ ਰਹੇ ਉਹ ਯਾਰ ਕਸੂਰ ਇੰਦਰ ਕਿਰਤ ਨਹੀਂ ਆ ਕਸੂਰ ਤੇ ਮਾਂ ਬਾਪ ਦਾ ਹੁਣ ਅੰਕਲ ਜੀ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ 10 ਦਿਨ ਹੋ ਗਏ ਨੇ ਮੈਂ ਆਸਟ੍ਰੇਲੀਆ ਆਏ ਨੂੰ ਮੇਰੀ ਨੂੰਹ ਵੀ ਮੇਰੇ ਮੂੰਹ ਤੇ ਕੈਮਰਾ ਲੈ ਖੜੀ ਹੋ ਜਾਂਦੀ ਜਦੋਂ ਮੈਂ ਕੋਈ ਟੀ ਸ਼ਰਟ ਬਦਲਦਾ ਕੋਈ ਪਜਾਮਾ ਪਾਉਂਦਾ ਮੇਰੀ ਨੂੰਹ ਆ ਕੇ ਖੜੀ ਹੋ ਜਾਂਦੀ ਕੈਮਰਾ ਆਨ ਕਰਕੇ ਮੇਰਾ ਪੁੱਤਰ ਖੜਾ ਹੋ ਜਾਂਦਾ ਜੇ ਮੈਂ ਕਿਹੜੇ ਫੋਨ ਲਾਵਾਂ ਮੇਰੇ ਸਿਰਾਣੇ ਖੜੇ ਹੋ ਜਾਂਦੇ ਇਹ ਚੱਕਰ ਕੀ ਹੈ ਇਹ ਆਪ ਮਜ਼ਾਕ ਬਣਵਾ ਦਿੰਦੇ ਨੇ ਇਹ ਆਪ ਕਰੈਕਟਰ ਬਣਦਾ ਜੋਕਰ ਜਾਣ ਕੇ ਇਹ ਬੁੱਢੇ ਦਾ ਕਸੂਰ ਹੈ ਕਾਰੋਬਾਰ ਤੁਹਾਡਾ ਸੋਹਣਾ ਚੱਲ ਪਿਆ ਕਿਰਤ ਸੋਹਣੇ ਠੁਮਕੇ ਲਾਉਂਦੀ ਅੱਜ ਕੱਲ੍ਹ ਵੈਸੇ ਵੀ ਰੀਲਾਂ ਜਿਹੜੀਆਂ ਬਣਾਉਣ ਵਾਲੀ ਜਿਹਦੀ ਪਿੰਡ ਪੈਂਡਿੰਗ ਰਹਿੰਦੀ ਆ ਹੁਣ ਤੁਸੀਂ ਸੋਚੋ ਉਹਦਾ ਕਿੰਨਾ ਕਾਰੋਬਾਰ ਹੋਏਗਾ ਝੂਠ ਨਹੀਂ ਬੋਲਦੀ ਜੀ ਸੱਚੀ ਗੱਲ ਇਹਨਾਂ ਨੇ ਇੱਕ ਵਲੋਗ ਬਣਾਇਆ ਆ ਵੇਖੋ ਦੇਸੀ ਪੇਰੈਂਟਸ ਰਿਐਕਸ਼ਨ ਵਾਕਿੰਗ ਔਨ ਗਲਾਸ ਟੋਲੇਸਟ ਬਿਲਡਿੰਗ ਡੈਡ ਗੋਟ ਸਕੇਅਰਡ ਡੈਡ ਡਰ ਗਏ ਵੇਖੋ ਹੁਣ ਇਹਨਾਂ ਨੇ ਕੈਪਸ਼ਨ ਇਹਨਾਂ ਨੇ ਵਲੋਗ ਬਣਾਉਣਾ ਸੀ ਕਿ ਅਸੀਂ ਮੰਮੀ ਡੈਡੀ ਨੂੰ ਆਸਟ੍ਰੇਲੀਆ ਦੀ ਬਿਲਡਿੰਗ 'ਤੇ ਲੰਬੀ ਬਿਲਡਿੰਗ 'ਤੇ ਲੈ ਕੇ ਗਏ ਅਤੇ ਮੰਮੀ ਡੈਡੀ ਉੱਥੇ ਡਰ ਗਏ ਹੁਣ ਵਲੋਗ ਵਿੱਚ ਇਹਨਾਂ ਨੇ ਦਿਖਾਉਣਾ ਸੀ ਕਿ ਮੰਮੀ ਡੈਡੀ ਡਰੇ ਹੋਏ ਨੇ ਕਿਉਂਕਿ ਕੈਪਸ਼ਨ 'ਚ ਲਿਖਿਆ ਨਾ ਇਹਨਾਂ ਨੇ ਡੈਡੀ ਗੋਟ ਸਕੇਅਰਡ ਹੈ ਨਾ ਅਤੇ ਉਹ ਨੋਰਮਲ ਗੱਲ ਹੈ ਹੁਣ ਇਹਨਾਂ ਨੇ ਥੰਬਨੇਲ ਵੀ ਉਦੋਂ ਦਾ ਬਣਾਉਣਾ ਸੀ ਅਤੇ ਇਹਨਾਂ ਨੂੰ ਚਾਹੀਦਾ ਸੀ ਮਟੀਰੀਅਲ ਨਾ ਵੀ ਅਸੀਂ ਮੰਮੀ ਡੈਡੀ ਨੂੰ ਉੱਥੇ ਲੈ ਕੇ ਜਾਣਾ ਵੇ ਉੱਥੇ ਮੰਮੀ ਡੈਡੀ ਡਰਨ ਪਰ ਮੰਮੀ ਡੈਡੀ ਡਰ ਨਹੀਂ ਸੀ ਰੇ ਹੁਣ ਗਿੰਨੂ ਮੰਮੀ ਡੈਡੀ ਨੂੰ ਉਹਦੇ ਬਿਲਡਿੰਗ 'ਚ ਲਿਜਾ ਰਹੇ ਨੇ ਲਿਜਾਂਦੇ ਨਾ ਤਿਆਰ ਕਰ ਰਹੀ ਆਪਣੀ ਸੱਸ ਮਾਂ ਨੂੰ ਨਾ ਡਰਾ ਰਹੀ ਹੈ ਅਤੇ ਨਾਲ ਸਹੁਰੇ ਨੂੰ ਡਰਾ ਰਹੀ ਹੈ ਕਿ ਇੰਨੀਆਂ ਉੱਚੀਆਂ ਬਿਲਡਿੰਗਾਂ ਹਾਏ ਕਿੱਦਾਂ ਬਣਾਈਆਂ ਉਹਨੂੰ ਡਰਾ ਰਹੀ ਵੇਖਿਓ ਸਹੀ ਗੱਲ ਆ ਕਿਵੇਂ ਜਾਣ ਦਾ ਰਿਸਕ ਲੈ ਕੇ ਬਣਾਉਂਦੇ ਨੇ ਐਡੀ ਉੱਚੀ ਉੱਚੀਆਂ ਇਹਦੇ 'ਚ ਜਾਣਾ ਮੰਮਾ ਆਪਾਂ ਐਡੀ ਉੱਚੀ 'ਚ ਨਾ ਇਹ ਨਹੀਂ ਡਰਦੀ ਹੈਗੀ ਉਹ ਗੱਲ ਕਰਦੀ ਹਾਂ
ਹੁਣ ਤੁਸੀਂ ਡਰਾਮੇ ਵੇਖੀ ਜਾਓ ਆਂਟੀ ਨੇ ਕਿਹਾ ਮੈਨੂੰ ਨਹੀਂ ਡਰ ਲੱਗਾ ਹੁਣ ਅੰਕਲ ਕੋਲ ਪੁੱਛਣਾ ਇਹਨਾਂ ਨੇ ਡੈਡੀ ਤੁਹਾਨੂੰ ਡਰ ਤਾਂ ਲੱਗਦੀ ਹੈ ਕੁਛ ਨਹੀਂ ਹੁੰਦਾ ਡੈਡੀ ਤਾਂ ਪੱਕੀਆਂ ਨੇ ਪੂਰੀਆਂ ਅੰਕਲ ਜੀ ਨੇ ਕਿਹਾ ਨਾ ਡਰ ਤੇ ਲੱਗਦਾ ਹੀ ਹੈ ਜੇ ਤੁਸੀਂ ਵੀ ਆਪਣੇ ਮੰਮੀ ਡੈਡੀ ਨੂੰ ਲੈ ਕੇ ਜਾਓਗੇ ਨਾ ਤਾਂ ਇੱਕ ਵਾਰੀ ਤੁਸੀਂ ਪੁੱਛੋਗੇ ਨਾ ਤੁਹਾਨੂੰ ਡਰ ਲੱਗਦਾ ਹੈ ਉਹ ਕਹਿਣਗੇ ਹਾਂ ਜਾਂ ਨਾ ਬਸ ਗੱਲ ਖਤਮ ਹੋ ਜਾਂਦੀ ਨਾ ਹੁਣ ਵੇਖੋ ਇਹ ਗੱਡੀ 'ਚ ਉਤਰ ਕੇ ਨਾ ਜਾ ਰਹੇ ਨੇ ਬਿਲਡਿੰਗ ਵੱਲ ਜਾ ਰਹੇ ਨੇ ਨੋਰਮਲ ਗੱਲਾਂ ਕਰ ਰਹੇ ਨੇ ਆਪਣੇ ਮੰਮੀ ਡੈਡੀ ਨਾਲ ਨੋਰਮਲ ਰੁਲ ਜੀ ਉਰੇ ਫਿਰ ਕੀ ਕਿਵੇਂ ਬਣੇ ਬਈ ਡੋਡੀ ਹੁੰਦੀ ਨਹੀਂ ਸਭ ਮਿਲ ਜਾਂਦਾ ਡੈਡੀ ਜੀ ਲੱਭ ਲਾਂਗੇ ਫਿਰ ਤੁਹਾਨੂੰ ਕੋਈ ਨਹੀਂ ਰੁਲਦਾ ਵੇਖੇ ਅੰਕਲ ਜੀ ਨੋਰਮਲ ਗੱਲਾਂ ਕਰ ਰਹੇ ਨੇ ਅੰਕਲ ਜੀ ਪੁੱਛ ਰਹੇ ਨੇ ਵੀ ਜੇ ਮੈਂ ਗਵਾਚ ਜਾਵਾਂ ਤੇ ਕਿੱਥੇ ਲੱਭਾਂਗੇ ਉਹ ਨੋਰਮਲ ਗੱਲ ਹਰ ਬੰਦਾ ਪੁੱਛਦਾ ਜਦੋਂ ਤੁਸੀਂ ਟੂਰਿਸਟ ਪਲੇਸ ਤੇ ਜਾਓ ਤੇ ਤੁਹਾਡੇ ਵੀ ਘਰ ਦੇ ਪੁੱਛਦੇ ਨੇ ਜੇ ਅਸੀਂ ਗਵਾਚ ਜਾਈਏ ਤਾਂ ਕਿੱਥੇ ਮਿਲਾਂਗੇ ਇੱਕ ਪੁਆਇੰਟ ਬੰਦਾ ਚੁਣ ਲੈਂਦੇ ਵੀ ਇੱਥੇ ਮਿਲਾਂਗੇ ਜੇ ਤੁਸੀਂ ਗਵਾਚ ਜਾਓ ਅੰਕਲ ਜੀ ਨੋਰਮਲ ਗੱਲਾਂ ਪੁੱਛ ਰਹੇ ਨੇ ਪਰ ਹੁਣ ਇੰਦਰ ਭਾਜੀ ਛੁਰਲੀ ਛੱਡਣ ਲੱਗੇ ਨੇ ਫਿਰ ਦੁਬਾਰਾ ਤਿਆਰ ਹੋ ਫਿਰ ਡਰਦੇ ਤਾਂ ਨਹੀਂ ਵੇ ਧੱਕੇ ਨਾਲ ਡਰਦੇ ਤੇ ਨਹੀਂ ਡਰਦੇ ਉਹ ਨਹੀਂ ਡਰਦੇ ਜਦੋਂ ਉਹਨਾਂ ਨੇ ਅੱਖਾਂ ਵਿੱਚ ਕਹਾਤਾ ਨਹੀਂ ਡਰਦਾ ਤੂੰ ਡਰਾ ਕੇ ਖੁਸ਼ ਆ ਭਰਾਵਾ ਡਰਾ ਧੱਕਾ ਦੇ ਨਾ ਮਾਂ ਨੂੰ ਉੱਥੇ ਲਿਜਾ ਕੇ ਉੱਪਰ ਧੱਕਾ ਦੇ ਲੈ ਡਰਾ ਹੀ ਦੇ ਇੱਕ ਵਾਰੀ ਹੈ ਡਰਦੇ ਤੇ ਨਹੀਂ ਡਰਦੇ ਉਹ ਭਰਾਵਾ ਨਹੀਂ ਡਰਦੇ ਤੂੰ ਉਹਨਾਂ ਨੇ ਕਹਿਤਾ ਨਹੀਂ ਡਰਦੇ ਗੱਲ ਖਤਮ ਉੱਪਰ ਲਿਜਾ ਕੇ ਝਾਕੀ ਮਾੜੀ ਜਿਹੀ ਦਵਾ ਤੇ ਲਿਜਾ ਥੱਲੇ ਲਿਜਾ ਗੱਲ ਖਤਮ ਕਰਾ ਡਰਦੇ ਤੇ ਨਹੀਂ ਪਰ ਡਰਾਮਾ ਨਹੀਂ ਖਤਮ ਹੋਇਆ ਅੱਗੇ ਵੇਖੋ ਇੱਥੇ ਰਹਿੰਦੇ ਨੇ ਇੰਨੀ ਜਗ੍ਹਾ ਤੇ ਉਰੇ ਨਹੀਂ ਰਹਿੰਦੇ ਨੀਚੇ ਰਹਿੰਦੇ ਨੇ ਆਂਟੀ ਜੀ ਵੇਖੋ ਕਿੰਨੇ ਚਿਲ ਮੋਡ 'ਚ ਲੱਗ ਰਹੇ ਨੇ ਲੱਗ ਰਿਹਾ ਆਂਟੀ ਦੀ ਸ਼ਕਲ ਤੋਂ ਵੀ ਡਰੀ ਹੋਈ ਹੈ ਪਰ ਨਹੀਂ ਧੱਕੇ ਨਾ ਇੰਦਰ ਉੱਤੇ ਕਿਰਦਾ ਪੂਰਾ ਮਿਸ਼ਨ ਵੀ ਅੱਜ ਮੰਮੀ ਨੂੰ ਡਰਾਉਣਾ ਹੀ ਡਰਾਉਣਾ ਸਾਲੇ ਵਿਊਆਂ ਦੇ ਚੱਕਰ 'ਚ ਮੰਮੀ ਨਾ ਥੱਲੇ ਸੱਟ ਲਿਓ ਕਿਤੇ ਮੰਮੀ ਥੱਲੇ ਟਾਟਾ ਇੰਦਰ ਬੇਟਾ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਯਾਰ ਕੀ ਵਿਚਾਰੇ ਨੂੰ ਜੋਕਰ ਬਣਾਇਆ ਯਾਰ ਖਡੌਣੇ ਬਣਾਇਆ ਖਡੌਣੇ ਬਣਾਇਆ ਮਾਂ ਬਾਪ ਨੂੰ ਯਾਰ ਕਦੀ ਉਹਨਾਂ ਨੂੰ ਐਕਸਰਸਾਈਜ਼ ਵਾਲੀ ਮਸ਼ੀਨ ਤੇ ਚਾੜ ਦਿੰਦੇ ਨੇ ਖਡੌਣੇ ਕਿਉਂ ਬਣਾਇਆ ਤੁਸੀਂ ਉਹਨਾਂ ਨੇ ਤੁਹਾਨੂੰ ਜੰਮਿਆ ਭੈਣ ਚੋ ਤੁਸੀਂ ਨੀ ਉਹਨਾਂ ਨੂੰ ਜੰਮਿਆ ਗੱਡੀ ਵੱਢ ਲੂ ਵੇਖੋ ਅੰਕਲ ਨੂੰ ਕਿੰਨਾ ਫਿਕਰ ਹੈ ਵੀ ਉਹਦੀ ਡਿੱਗੀ ਤੇ ਕੁਝ ਰਿਟਰਨ ਆ ਭਾਜੀ ਜਿਵੇਂ ਮੁੰਡੇ ਨੂੰ ਆਪਣੀ ਕੰਪਨੀ ਦਾ ਫਿਕਰ ਨਹੀਂ ਜਿੰਨਾ ਸਾਡਾ ਰੈਵਨਿਊ ਲਾਸ ਹੋਇਆ ਹੋਊਗਾ ਕੰਪਨੀ 'ਚ ਕੰਪਨੀ ਮੈਨੇ ਇਸੇ ਕਰਕੇ ਰਜਿਸਟਰ ਕਰਾਈ ਸੀ ਵੀ ਜੇ ਕੱਲ੍ਹ ਨੂੰ ਮੈਨੂੰ ਕਿਸੇ ਦੇ ਕਰਕੇ ਮੇਰੀ ਕੰਪਨੀ ਨੂੰ ਲਾਸ ਹੁੰਦਾ ਤੇ ਮੈਂ ਉਹਨੂੰ ਲਾਸ ਸੂਟ ਕਰਕੇ ਜਿੰਨਾ ਮੇਰਾ ਕੰਪਨੀ ਦਾ ਲਾਸ ਹੋਊਗਾ ਉਹਦੇ ਤੋਂ ਡਿਮਾਂਡ ਕਰੂੰਗਾ ਠੀਕ ਹੈ ਨਾ ਠੀਕ ਹੈ ਤੇ ਹੁਣ ਆ ਬਾਂਦਰ ਤੇ ਵੀ ਕੇਸ ਕਰੋਗੇ ਜਿਹੜਾ ਤੁਹਾਡੀ ਡਿੱਗੀ ਦੇ ਝਰੀਟਾ ਪਾ ਰਿਹਾ ਖੋਤੀ ਦੇ ਕਿਉਂ ਪੈਸਾ ਮੁੱਛਣ ਤੇ ਲੱਗੇ ਹੋਏ ਤੇ ਠੀਕ ਹੈ ਜੀ ਮਿਲਦੇ ਕਿਸੇ ਅਗਲੀ ਵੀਡੀਓ 'ਚ ਤੇ ਮੇਰਾ ਤਾਂ ਫਰੈਂਚ ਦਾ ਪੋਡਕਾਸਟ ਆ ਗਿਆ ਲਿੰਕ ਡਿਸਕ੍ਰਿਪਸ਼ਨ 'ਚ ਪਿਆ ਤੇ ਨਵਾਂ ਪੋਡਕਾਸਟ ਆ ਲਗਾ ਪਰਸੋਂ ਤੇ ਬਾਕੀ ਵੀਡੀਓ ਦੇ ਲਾ ਰਹੇ ਝੜੀਆਂ ਤੇ ਹੁਣ ਮੈਨੂੰ ਪਤਾ ਤੁਸੀਂ ਹਰ ਵਾਰੀ ਮੈਨੂੰ ਕਹਿੰਦੇ ਹੋ ਵੀਰੇ ਡੇਲੀ ਵੀਡੀਓ ਪਾਇਆ ਕਰ ਡੇਲੀ ਵੀਡੀਓ ਪਾਇਆ ਕਰ ਦੋ ਦਿਨਾਂ ਬਾਅਦ ਵੀਡੀਓ ਪਾਇਆ ਕਰ ਤਿੰਨ ਦਿਨਾਂ ਬਾਅਦ ਵੀਡੀਓ ਪਾਇਆ ਕਰ ਇਹ ਤਾਂ ਕੰਮ ਔਖਾ ਕਿਉਂਕਿ ਮੈਂ ਕੰਮ ਕਰਦਾ ਪਰ ਕੋਈ ਨਹੀਂ ਮੈਂ ਐਡਜਸਟਮੈਂਟ ਕਰ ਰਿਹਾ ਤੇ ਤਕਰੀਬਨ ਕਰ ਹੀ ਲਈ ਐਡਜਸਟਮੈਂਟ 4 ਘੰਟੇ ਕੋਈ ਬੰਦਾ ਹੋਰ ਮੇਰਾ ਕੰਮ ਕਰਿਆ ਕਰੇਗਾ ਤੇ 4 ਘੰਟੇ ਮੈਂ ਤੇ ਵੀਡੀਓ ਆਇਆ ਕਰਨਗੀਆਂ ਜਲਦੀ ਆਇਆ ਕਰਨਗੀਆਂ 3-4 ਦਿਨਾਂ ਦੇ ਵਕਫੇ ਬਾਅਦ ਆ ਜਾਇਆ ਕਰੇਗੀ ਇੱਕ ਵੀਡੀਓ